दिस न्यूज इज ब्रॉट यू बाय थिंद आई हॉस्पिटल पठानकोट। उपमंडल नंगल के विभिन्न ग्रामीण क्षेत्रों से होकर गुजरने वाली स्वां नदी में कथित तौर पर चल रहे अवैध खनन का मामला थमते नजर नहीं आ रहा। इसे देखते हुए कुछ दिनों से इलाका संघर्ष कमेटी ने फिर से अलगरा में धरना शुरू कर दिया है। धरने पर बैठे कमेटी के लोग प्रदेश सरकार व प्रशासन के खिलाफ जमकर नारेबाजी कर रहे हैं। दो मशीनें स्वां नदी में गहरी खुदाई करते हुए दर्जन से भी अधिक टिप्परों को भर भर कर भेज रही हैं। कमेटी की शिकायत पर मौके का जायजा लेने पहुंचे माइनिंग अधिकारी हरजिंदर सिंह ने माना कि नियमों के विपरीत जाकर माइनिंग तो हुई है, लेकिन जब वे पहुंचे तो वहां माइनिंग नहीं चल रही थी। ਭਾਜੀ ਕੀ ਹਾਲਾਤ ਨੇ? ਇਲਾਕਾ ਸੰਘਰਸ਼ ਕਮੇਟੀ ਲਗਾਤਾਰ ਸੰਘਰਸ਼ ਦੇ ਰਾਹ 'ਤੇ ਹੈ, ਪਰ ਜੋ ਹਾਲਾਤ ਨੇ ਕੀ ਦੇਖ ਰਹੇ ਹੋ ਤੁਸੀਂ, ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਅਸੀਂ ਇਹਦੇ ਵਿੱਚ ਜੋ ਤੁਸੀਂ ਅੱਜ ਸਾਈਟ ਵੀ ਦੇਖ ਰਹੇ ਆ, ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪ੍ਰਸ਼ਾਸਨ ਅਤੇ ਸਰਕਾਰ ਮੈਂ ਸਿੱਧਾ ਉਹਨਾਂ 'ਤੇ ਇਲਜ਼ਾਮ ਲਾਉਂਦਾ ਕਿ ਉਹਨਾਂ ਵੱਲੋਂ ਕੋਈ ਇਹੋ ਜਿਹੀ ਪੋਲਸੀ ਨਹੀਂ ਬਣੀ ਜਿਹਦੇ ਕਰਕੇ ਅਸੀਂ ਕਹਿ ਸਕਦੇ ਸੀਗੇ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾ ਸਕਦਾ ਸੀਗਾ। ਮੋਰਓਵਰ ਜਿਹੜਾ ਸਾਡਾ ਐਲਗਰਾ ਪੁਲ ਹੈ ਬਿਲਕੁਲ 1 ਕਿਲੋਮੀਟਰ ਦੀ ਦੂਰੀ 'ਤੇ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਜੋ ਗਾਈਡਲਾਈਨ ਹੈ 1 ਕਿਲੋਮੀਟਰ ਦੇ ਅੰਦਰ ਅੰਦਰ ਜਿਹੜੀ ਮਾਈਨਿੰਗ ਹੈ, ਮੈਂ ਗੈਰ ਕਾਨੂੰਨੀ ਦੀ ਗੱਲ ਨਹੀਂ ਕਰ ਰਿਹਾ, ਸਿਰਫ ਮਾਈਨਿੰਗ ਹੈ, ਮਾਈਨਿੰਗ ਨਹੀਂ ਹੋ ਸਕਦੀ ਸੀਗੀ। ਫਿਰ ਵੀ 60-60, 50-50 ਫੁੱਟ ਦੇ ਜਿਹੜੇ ਡੂੰਘੇ ਟੋਏ ਹੈ ਉਹ ਮਾਫੀਆ ਵੱਲੋਂ ਪਾਏ ਗਏ। ਉਸ ਤੋਂ ਬਾਅਦ ਕੋਈ ਵੀ ਜਿਹੜੀ ਮਸ਼ੀਨ ਹੈ ਜਿਹਦੇ ਵਿੱਚ ਜਿਹੜਾ ਪਾਣੀ ਦਾ ਵਹਾਓ ਹੈ ਉਹਨੂੰ ਡਿਸਟਰਬ ਕਰੇ ਰੋਕਣ ਨੂੰ, ਉਹੀ ਜੀ ਕੋਈ ਮਸ਼ੀਨ ਨਹੀਂ ਲੱਗ ਸਕਦੀ। ਸਾਡੇ ਸਾਹਮਣੇ ਆ ਵੱਡੀਆਂ ਮਸ਼ੀਨਾਂ ਜਿਹਨਾਂ ਦੀ ਬਕਟ ਸਿੱਧੀ 40 ਫੁੱਟ ਤੱਕ ਅੰਦਰ ਜਾ ਸਕਦੀ, ਉਹ ਮਸ਼ੀਨਾਂ ਲੱਗੀਆਂ ਹੋਈਆਂ। ਅਸੀਂ ਪ੍ਰਸ਼ਾਸਨ ਨੂੰ ਵੀ ਫੋਨ ਕੀਤਾ, ਪੁਲਿਸ ਨੂੰ ਵੀ ਫੋਨ ਕੀਤਾ, ਪਰ ਦੁੱਖ ਉੱਥੇ ਲੱਗਦਾ ਜਦੋਂ ਪਹਿਲਾਂ ਹੀ ਮਾਫੀਆ ਨੂੰ ਫੋਨ ਕਰ ਦਿੰਦੇ ਕਿ ਭਾਈ ਅਸੀਂ ਆ ਰਹੇ, ਤੁਸੀਂ ਆਪਣੀ ਮਸ਼ੀਨਾਂ ਭਜਾ ਲਓ। ਅੱਜ ਸਰਕਾਰਾਂ ਪ੍ਰਸ਼ਾਸਨ ਟੋਟਲ ਅੱਜ ਫਰੀ ਇਹਦੇ 'ਚ ਫੇਲ, ਮੈਂ ਕਹਿੰਦਾ ਕਿ ਫੇਲ ਹੋਈਆਂ ਕਿ ਅਸੀਂ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕ ਸਕੀਏ। ਅੱਛਾ, ਜਿਹੜੀ ਸਾਈਟ ਹੈ ਉਹ ਲੀਗਲ ਮਾਈਨਿੰਗ ਹੈ ਜਾਂ ਆਪਸ਼ਨ ਜਿਹੜੀ ਹੈ ਖੜ ਕੇ ਨਹੀਂ ਹੈ? ਇਹ ਨਾ ਲੀਗਲ ਹੈ, ਨਾ ਆਪਸ਼ਨ ਦਾ, ਨਾ ਸੈਕਸ਼ਨ ਦਾ। ਅੱਛਾ ਜੀ, ਸਿਰਫ ਗੈਰ ਕਾਨੂੰਨੀ ਮਾਈਨਿੰਗ ਹੈ ਜਿਹੜੀ ਇੱਥੇ ਹੋ ਰਹੀ। ਅਸੀਂ ਥੋੜ੍ਹੀ ਦੇਰ ਪਹਿਲਾਂ ਵੀ ਮਾਈਨਿੰਗ ਡਿਪਾਰਟਮੈਂਟ ਵਾਲੇ ਨੂੰ ਫੋਨ ਕੀਤਾ, ਦੇਖਦੇ ਕਿ ਆਉਂਦੇ ਕਿ ਨਹੀਂ ਆਉਂਦੇ, ਅਤੇ ਪਹਿਲਾਂ ਵੀ ਅਸੀਂ ਉਹਨਾਂ ਨੂੰ ਫੋਨ ਕੀਤਾ ਸੀਗਾ। ਚਲੋ ਉਹਨਾਂ ਦੀ ਇੱਕ ਉਹ ਕੰਪਲੇਂਟ ਕਰ ਦਿੰਦੇ ਆਪਣੇ ਵੱਲੋਂ, ਪਰ ਉਹਨਾਂ ਪਰ ਪੁਲਿਸ ਵੱਲੋਂ ਪ੍ਰੈਸ਼ਰ ਪਾਇਆ ਜਾਂਦਾ ਕਿ ਤੁਸੀਂ ਆਪਣੀ ਜਿਹੜੀ ਕੰਪਲੇਂਟ ਆ ਉਹ ਵਾਪਸ ਲੈ ਲਓ, ਕਿਉਂਕਿ ਜਾਂ ਤਾਂ ਤੁਸੀਂ ਸਮਝ ਲਓ ਉਹਨਾਂ ਨੂੰ ਮਹੀਨਾ ਜਾਂਦਾ, ਜਾਂ ਤੁਸੀਂ ਸਮਝ ਲਓ ਕਿ ਉਹਨਾਂ ਦੇ ਆਪਣੇ ਸਖੇ ਰਿਸ਼ਤੇਦਾਰਾਂ ਦੀਆਂ ਮਸ਼ੀਨਾਂ ਜਿਹੜੀਆਂ ਉਹ ਫੜ ਹੁੰਦੀਆਂ। ਫਿਰ ਵੀ ਮਸ਼ੀਨਾਂ ਫੜ ਹੁੰਦੇ ਹੋਏ ਵੀ ਉਹ ਅਣਪਛਾਤੇ ਬੰਦਿਆਂ ਪਰ ਪਰਚੇ ਕਰ ਦਿੰਦੇ। ਅਸੀਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਦੇ ਕਿ ਅਸੀਂ 8 ਮਾਰਚ ਤੋਂ ਇੱਕ ਧੂੜ ਫੱਕ ਰਹੇ ਹਾਂ, ਅਸੀਂ ਸਾਨੂੰ ਵੀ ਇੱਕ ਭਰੋਸਾ ਹੋ ਦਿੱਤਾ ਜਾਵੇ ਕਿ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੈ ਉਹਨੂੰ ਰੋਕਣ ਦੇ ਵਿੱਚ ਉਹ ਕੋਈ ਨਾ ਕੋਈ ਇਹੋ ਜਿਹਾ ਸਟੈਪ ਚੱਕੇ ਕਿ ਅਸੀਂ ਆਪਣੇ ਵਾਰ ਵਾਰ ਜਿਹੜੇ ਲੋਕ ਆ ਉਹ ਧਰਨੇ 'ਤੇ ਨਾ ਬੈਠਣ। ਦੁਬਾਰਾ ਤੁਸੀਂ ਜਿਹੜਾ ਧਰਨਾ ਲਾਇਆ, ਪਹਿਲਾਂ ਵੀ ਧਰਨਾ ਲਾਇਆ ਸੀ, ਉਹ ਕੁਛ ਚੱਕ ਲਿਆ ਸੀ, ਕੀ ਕਾਰਨ ਸੀ? ਉਹ ਸਾਨੂੰ ਪ੍ਰਸ਼ਾਸਨ ਵੱਲੋਂ ਅਤੇ ਸਰਕਾਰ ਵੱਲੋਂ ਇੱਕ ਭਰੋਸਾ ਦਿੱਤਾ ਗਿਆ ਸੀਗਾ ਕਿ ਅਸੀਂ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਉਹ ਟੋਟਲ ਬੰਦ ਕਰਾ ਕੇ ਹਟਾਂਗੇ, ਮਾਈਨਿੰਗ ਮਾਫੀਆ 'ਤੇ ਕਾਰਵਾਈ ਕਰਕੇ ਹਟਾਂਗੇ। ਪਰ ਅਫਸੋਸ ਵਾਲੀ ਗੱਲ ਹੈ, ਕਿਸੇ ਵੀ ਮਾਫੀਆ ਪਰ ਪਰਚਾ ਨਹੀਂ ਹੋਇਆ, ਪਰਚੇ ਹੋਏ ਸਿਰਫ ਸਾਡੇ ਲੋਕਲ ਜਿਹੜੇ ਕਿਸਾਨ ਭਰਾ 'ਤੇ, ਉਹਨਾਂ ਪਰ ਜਿਨ੍ਹਾਂ ਦੀਆਂ ਰਾਤ ਨੂੰ ਜਿਹੜੀਆਂ ਮਸ਼ੀਨਾਂ ਹੈ ਜ਼ਮੀਨਾਂ ਜਿਹੜੀ ਉਹ ਜ਼ਮੀਨਾਂ ਪੱਟ ਰਹੇ ਸੀਗੇ ਉਹਨਾਂ ਪਰ ਪਰਚਾ ਹੋਇਆ, ਪਰ ਕਿਸੇ ਮਾਈਨਿੰਗ ਮਾਫੀਆ ਜਿਹੜਾ ਉਹਨਾਂ ਦੀ ਗ੍ਰਿਫਤ ਤੋਂ ਦੂਰ ਹੈ। ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਪ੍ਰਸ਼ਾਸਨ ਅਤੇ ਖਾਸ ਤੌਰ 'ਤੇ ਸਰਕਾਰ ਦੋਨੋਂ ਹੀ ਮਿਲੀ ਭੁਗਤਾ? ਦੋਨੋਂ ਹੈ ਹੀ ਇਹ ਹੈ ਜੀ, ਐਕਚੁਅਲੀ ਅਸੀਂ ਜੇ ਕਹਿ ਦਈਏ ਸਾਡੇ ਕ੍ਰੈਸ਼ਰ ਵਾਲੇ ਕਈ ਸਾਡੇ ਮਿੱਤਰ ਆ, ਸਾਡੀ ਗੱਲਾਂ ਬਾਤਾਂ ਹੁੰਦੀਆਂ, ਉਹ ਕਹਿੰਦੇ ਅਸੀਂ ਹਰ ਰੋਜ਼ ਦਾ ਲੱਖ ਰੁਪਏ ਦੇ ਰਹੇ, ਜੇ ਅਸੀਂ ਕਹਿੰਦੇ 10 ਫੁੱਟ ਤੱਕ ਹੀ ਰਹਿ ਜਾਈਏ ਫਿਰ ਸਾਡੀ ਪੁਟਾਈ ਨਹੀਂ ਹੋਣੀ, ਸਾਡਾ ਪੈਸਾ ਹੈ ਜਿਹੜਾ ਉਹ ਨਹੀਂ ਪੂਰਾ ਹੋਣਾ। ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਗੈਰ ਕਾਨੂੰਨੀ ਮਾਈਨਿੰਗ ਵਾਸਤੇ ਸਿਰਫ ਸਰਕਾਰ ਵੱਲੋਂ ਔਰ ਪ੍ਰਸ਼ਾਸਨ ਵੱਲੋਂ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ। ਕਿਹੜੇ ਡਿਪਾਰਟਮੈਂਟ ਤੋਂ ਸਰ? ਮਾਈਨਿੰਗ ਡਿਪਾਰਟਮੈਂਟ। ਸਰ, ਅੱਜ ਤੁਸੀਂ ਇੱਥੇ ਮੌਕਾ ਵਿਜ਼ਿਟ ਕਰਨ ਆਏ ਸੀ, ਕਿਹਨੇ ਤੁਹਾਨੂੰ ਬੁਲਾਇਆ ਸੀ ਅਤੇ ਕੀ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਦੇਖਿਆ ਮੌਕੇ 'ਤੇ ਜਾ ਕੇ ਫੋਨ ਪਹਿਲਾਂ ਬੰਦ ਕਰ? ਹਾਂਜੀ ਸਰ, ਹਾਂ ਐਕਚੁਅਲੀ ਇਲਾਕਾ ਸੰਘਰਸ਼ ਕਮੇਟੀ ਵੱਲੋਂ ਸਾਨੂੰ ਕੰਪਲੇਂਟ ਮਿਲੀ ਸੀਗੀ। ਪਹਿਲਾਂ ਅਸੀਂ ਕਿਤੇ ਹੋਰ ਸੀਗੇ, ਉਸ ਤੋਂ ਬਾਅਦ ਜਦੋਂ ਹੀ ਅਸੀਂ ਅਚਾਨਕ ਪਹੁੰਚੇ ਤਾਂ ਉੱਥੇ ਮਸ਼ੀਨਾਂ ਤਾਂ ਹੈ ਨਹੀਂ ਸੀਗੀਆਂ ਕੁਛ ਵੀ, ਅਤੇ ਕੁਟਾਈ ਲੱਗ ਰਹੀ ਸੀ ਹੋਈ ਹੋਈ ਹੈ ਜੀ। ਅਤੇ ਜੇ ਕਿਤੇ ਸਾਨੂੰ ਮਸ਼ੀਨਾਂ ਜਾਂ ਹੋਰ ਵੀ ਕੰਪਲੇਂਟ ਮਿਲਦੀ ਅਸੀਂ ਤੁਰੰਤ ਪਹੁੰਚ ਕੇ ਕਾਰਵਾਈ ਕਰਦੇ ਹਾਂ। ਜਿਹੜਾ ਹੁਣ ਇਨਵੈਸਟੀਗੇਟ ਵੀ ਕਰੋਗੇ ਜਿਹੜੇ ਤੁਸੀਂ ਕਹਿੰਦੇ ਕਹਿ ਰਹੇ ਪਟਾਈ ਲੱਗ ਰਹੀ ਹੈ ਉਹਦੇ? ਹਾਂ, ਫਰਦਰ ਉਸ 'ਤੇ ਨਿਸ਼ਾਨਦੇਹੀ ਹੁੰਦੀ ਹੈ, ਉਸ ਤੋਂ ਬਾਅਦ ਐਕਸ਼ਨ ਹੁੰਦਾ ਜੋ ਵੀ। ਅਤੇ ਫਿਰ ਤੁਸੀਂ ਰਿਟਰਨ ਦੇ ਵਿੱਚ ਜਿਹੜੀ ਇਹ ਕੰਪਲੇਂਟ ਪੁਲਿਸ ਨੂੰ? ਨਹੀਂ, ਪੁਲਿਸ ਵੱਲੋਂ ਨਹੀਂ ਹੁੰਦੀ, ਪੁਲਿਸ ਨੂੰ ਬਾਅਦ 'ਚ ਹੁੰਦੀ ਹੈ, ਕਿਉਂਕਿ ਪਹਿਲਾਂ ਜਿਹੜੀ ਮਾਲ ਵਿਭਾਗ ਨੂੰ ਨਿਸ਼ਾਨਦੇਹੀ ਵਾਸਤੇ ਜਾਂਦਾ, ਉਸ ਤੋਂ ਬਾਅਦ ਫਰਦਰ ਜੋ ਰਿਪੋਰਟ ਆਉਂਦੀ ਉਸ 'ਤੇ ਕਰਦੇ। ਅਕਸਰ ਇਸ ਏਰੀਏ 'ਚ ਖਾਸ ਤੌਰ 'ਤੇ ਇਹ ਕਿਹਾ ਜਾਂਦਾ ਕਿ ਇਲੀਗਲ ਮਾਈਨਿੰਗ ਲਗਾਤਾਰ ਚੱਲਦੀ ਹੈ, ਤੁਸੀਂ ਰੂਟੀਨ ਚੈਕਿੰਗ ਜਿਹੜਾ ਉਹ ਕਿਸ ਤਰੀਕੇ ਨਾਲ ਕਰਦੇ ਹੋ?
हाँ साढ़े वालों क्योंकि ड्रेनेज के काम भी है वह भी कराने उस तो बाद फरदर जिमें सू कंप्लेन मिलती है वैसे भी साड़ी विजिट होंगी है जी तो जिमें कंप्लेन आती है उस कार्रवाई का जिते विजिट करके कि फुट तक जो डिगअप किए जी क्योंकि सर एक्चुअली दूजी साइड से जी उ पहुँच नहीं पाए फिर वैसे की लगता है हाँ देखने है भी पटाई हुई है पानी के जी ठीक है हालात इस टाइम बहुत माड़े है जी जिहड़े हालात जिदा हुण सब नदी नूं पानी आवे जां कुछ होवे साडे पिंड जिन्ने भी पांच सत्त पिंड है हड़ दा खतरा जी उहनां दा खतरा कहदा मौत दे मूँह दे विच बैठे जी किसे टाइम भी जद भी पानी आवे हड़ तैयार ही है जी बच नहीं सकदे हड़ दे तुसीं बार बार जिहड़ा प्रशासन दे ध्यान दे विच वी इह चीज़ लिआंदे कि इलीगल माइनिंग दे नाल लुट खसुट जिहड़ी हो रही प्रशासन दा की रुख रिहा इस चीज़ दे उत्ते प्रशासन कोई गल्ले नहीं सुणदा कोई वी सरकार नहीं सुणदी ना प्रशासन सुणदा बटाले रुपये ला के सारे कर देने जी वो कहें सरकार कहते नहीं करते ये कहते सरकार नहीं करती है ये बहाने बुने ला के सू सारे कि दिन तो हम दूजी बार धरने बैठे हूँ तो अठ दिन हो गए अठ नौ दिन हो गए कोई कार्रवाई किसी के कन से कोई जूं सिरकी थोड़े किसी ने कोई संपर्क किया हो कोई माइनिंग वाले ने कार्रवाई की हो कार्रवाई कोई नहीं जी की माइनिंग वाले एक दो मशीन से की जो दो जगह जिते असली मेहनत चलती उत्थे कोई नहीं जाता जी जो सैंस वाल पिंड है जी उत्थे घट तो घट भी 20 मशीन लगी मैं 100 टिप्पर लगे होना जी बहुत डूंगे डूंगे टोए पाते उसके नाल सैंस वाल का खतरा है पिंड हरसा बेला भी हड़ना जी पिछे पत्ती दुलची है जी वो भी दो पिंड नाश हो जाना जी उन्हें क्यों नहीं जाते बी कोई पता नहीं जी आप लाए भी पहला जी मैनिंग के बदल कर जी डीजल पाता जी वो हूँ जिते पहले सारे तो मैनिंग पट लिया डीजल कितों कढ़नी है सानू तो आकर उन्होंने कोई भी सानू दस भी दो ना आकर भी मौके आकर दसो सानू नाल लेके भी कित्थे अड़ी लैण कोई नहीं आता जी बजदे गए जिहदे दो दिन किन्ने लोग बैठे हुए धरने पर जी 50-60 बंदे भी हो जाते 20-25 तो पक्के रहिंदे पिंड सारे है जिन्ने लागे लागे है एक एक दो दो बंदे हरेक पिंड दे आंदे जे कोई सरकार कोई हल नहीं लभदी प्रोफेशन कोई हल नहीं लभदा तां तुसीं फिर डटे रहोगे जी पूरा डटे रहोगे जद तक जिंदगी है जद तक मर के भी ना उठ मर के उठांगे इत्थों ऑलरेडी तुसीं बजुर्ग हो इन्ना निश्चय जिहड़ा कीता होया वी बंद करा के हटनी इलीगल माइनिंग की लगता भी साडे जिहड़े आने वाली पीढ़ी है ना जी वो सानूं इहनूं इही कहणा भी जद मर जांदे तां खरा तां मरन दा हैगा अहीं वो साडे न्याणे जो हाल बहुत माड़े रोटी दिहाड़ी नाल भी ना मिलणी जी ਸਾਡੀ ਜ਼ਮੀਨ ਨਾਲ ਜੋ ਸਭ ਕੁਝ ਨਾਸ਼ ਹੋ ਜਾਣਾ ਫਿਰ ਉਹਨਾਂ ਨੇ ਇਹੀ ਕਹਿਣਾ ਜੀ ਉੱਥੇ ਮਰ ਜਾਂਦੇ ਪਹਿਲਾਂ ਤੁਸੀਂ ਦਿੱਵੇ ਹਿਮਾਚਲ ਟੀਵੀ ਕੇ ਲਈ ਨੰਗਲ ਸੇ ਕਰਨ ਚੋਪੜਾ ਕੀ ਰਿਪੋਰਟ।